सिद्धू मूसेवाला जिहड़ा कि अपने गाणिआं विच पट्टां ते थापियां मार के पूरे नौजवानां दे विच इक जोश भर दिंदा सी। बाबे तरसीम सिंह ने की वधिया गल कही है कि वह नौजवान जिहड़ा पंजाब की गल करेगा, अपने हक की गल करेगा, उहनूं सिद्धू मूसेवाले तरह गोलियां मार के मार दिता जाएगा। चल के वीडियो देखदे हां ते बाबे तरसीम सिंह ने होर की सिद्धू मूसेवाले दे बारे गलबात की है उहदे बारे जानदे हां। दुखां ते साडा साडे नौजवान जिद्दन पंजाब दी पंजाबीयत दी हक्कां दी गल करनगे उद्दन फिर गोलियां मार के मार दिते जांदे आ। पर एक चेते रखियो, जिन्हां नूं गोलियां बजदियां ना ओह मर के भी नहीं मरदे। सिद्धू मूसेवाला देख लो तुसीं, उहनां दा लहू ओह धरती ते डुलदा। ਇਹ ਜਿਹੜਾ ਲਹੂ ਹੈ ਨਾ, ਇਹ ਜਿਹੜਾ ਖੂਨ ਹੈ, ਜੁਗ ਇਹੀ ਪਲਟਾਉਂਦਾ। ਇੱਥੇ ਸਰਕਾਰਾਂ ਵੀ ਮਰਵਾਉਂਦੀਆਂ। ਆ ਤਾਜ਼ੀਆਂ ਗਵਾਹੀਆਂ ਵੇਖ ਲਓ, ਕਦੇ ਦੀਪ ਸਿੱਧੂ, ਕਦੇ ਸੰਦੀਪ ਨੰਗਲੰਬੀਆਂ, ਤੇ ਕਦੇ ਆ ਸ਼ੁਭਦੀਪ ਸਿੰਘ। ਉਹ ਜੇ ਸਿੱਧੂ ਮੂਸੇਵਾਲੇ ਤੋਂ ਮੁੜ ਕੇ ਸ਼ੁਭਦੀਪ ਸਿੰਘ ਬਣਨ ਲੱਗਾ, ਉਹ ਵੀ ਫਿਰ ਅੱਖ ਵਿੱਚ ਰੜਕਣਾ ਸ਼ੁਰੂ ਹੋ ਗਿਆ ਵੀ ਇਹਨੂੰ ਦੁਨੀਆ ਬੜੀ ਸੁਣਦੀ ਆ, ਇਹਨੂੰ ਵੀ ਮਰਵਾਓ। ਪਰ ਦਿਲ ਦੇ ਮਾੜੇ ਨਹੀਂ ਅਸੀਂ। ਅੱਜ ਮੈਂ ਸਿੱਧੂ ਮੂਸੇਵਾਲੇ ਲਈ ਵੀ ਕਹਿੰਦੇ ਸੀ, ਹੁਣ ਵੀ ਕਹਿੰਦੇ ਹੀ ਨੇ ਵੀ ਚਲੋ ਮੈਂ ਤੇ ਉੱਤੋਂ ਵਿਚਾਰੇ ਤੋਂ ਨਿਕਲ ਗਈ, ਪਰ ਉਹਦਾ ਸਟਾਈਲ ਹੀ ਬਣ ਗਿਆ। ਅੱਜ ਜਦੋਂ ਕੌਡੀ ਖੇਡਦੇ ਮੁੰਡੇ ਥਾਪੀਆਂ ਮਾਰਦੇ ਆ, ਉਹ ਜ਼ੋਰ ਦਾ ਹੀ ਇੱਕ ਪ੍ਰਤੀਕ ਆ ਤੇ ਉਹਦਾ ਉਹ ਸਟਾਈਲ ਬਣ ਗਿਆ। ਪਰ ਅੱਜ ਗੋਰੇ ਕਾਲੇ ਵੀ ਇਹ ਕੰਮ ਤੇ ਉੱਧਰ ਲੱਗੇ ਹੋਏ। ਵੇਖੋ ਹਰ ਇੱਕ ਦਾ ਆਪੋ ਆਪਣਾ ਸਟਾਈਲ। ਇਹ ਕਾਲਿਆਂ ਵਾਲਾ ਰੈਪ ਸਟਾਈਲ ਮਿਊਜ਼ਿਕ ਜਿਹੜੇ ਪ੍ਰਦੇਸ਼ਾਂ 'ਚ ਰਹਿੰਦੇ ਉਹਨਾਂ ਨੂੰ ਤੇ ਪਤਾ ਸੀ, ਉਹ ਤਪਾਕ ਉਹਨੂੰ ਵੀ ਮਾਰਿਆ ਗਿਆ ਸੀ। ਕਾਲਿਆਂ ਵਿੱਚ ਵੀ ਜ਼ੋਰ ਆ ਤੇ ਇਹ ਵੀ ਦਲੇਰ ਬੰਦੇ ਨੇ। ਦੀਪ ਬਾਈ ਵੀ ਆਪਣਾ ਕਹਿੰਦਾ ਗਿਆ, ਜਿਹਨਾਂ ਦੇਖਿਆ ਜਾਂ ਸੁਣਿਆ ਮੈਂ ਨੇੜਿਓਂ ਤੱਕਿਆ, ਉਹਦੇ ਵਿੱਚ ਬਹੁਤ ਪਿਓਰਟੀ ਸੀ। ਉਹਨੂੰ ਜੋ ਬਣਾਇਆ ਜਾ ਰਿਹਾ ਨਹੀਂ ਸੀ, ਉਸ ਉਹ ਗਦਾਰ ਨਹੀਂ ਸੀ। ਪਰ ਇਹ ਗੱਲ ਸਾਬਤ ਕਰਨ ਦੇ ਲਈ ਆਪਣਾ ਖੂਨ ਡੋਲਣਾ ਪੈਂਦਾ। ਇਹ ਵੀ ਸਾਡਾ ਦੁਖਾਂਤ ਨਹੀਂ ਵੀ ਯਾਰੋ ਅਸੀਂ ਗਦਾਰ ਨਹੀਂ, ਉਹ ਅਸੀਂ ਗੁਰੂ ਕੇ ਆ। ਇਹ ਸਿੱਧ ਕਰਨ ਲਈ ਵੀ ਮਰਨਾ ਪੈਂਦਾ। ਫਿਰ ਉਹ ਵੀ ਕਹਿੰਦਾ ਸੀ ਵੀ ਇਕੱਠ ਕਰ ਦਿੰਦੇ ਆ ਭੋਗ ਪਾਉਣ ਦੇ, ਬਸ ਬਰਸੀਆਂ ਮਨਾਉਣ ਜੋਗੇ। ਇਹ ਬਰਸੀਆਂ ਮਨਾਉਣ ਜੋਗੇ ਨਾ ਹੋਈਏ, ਜੇ ਕਲਗੀਧਰ ਜੀ ਨਾਲ 40 ਜੂਝੇ, 21 ਜੂਝੇ ਸਾਰਾ ਗੜੀ, 21 ਕਿਤੋਂ ਤੇ ਤੁਰੀਏ, ਉਂਜ ਕੱਲਾ ਕੱਲਾ ਕਰਕੇ ਮਾਰ ਦੇਣਗੇ, ਮਾਰੀ ਜਾਂਦੇ ਆ। ਸੱਚੇ ਪਾਤਸ਼ਾਹ ਨੇ ਸਾਨੂੰ ਕੀ ਬਣਾਇਆ? ਖਾਲਸੇ, ਖਾਲਸ, ਖਾਲਸ ਦਾ ਮਤਲਬ ਹੈ ਪਿਓਰ, ਜਿਹਦੇ ਵਿੱਚ ਮਿਲਾਵਟ ਨਾ ਹੋਵੇ। ਤੇ ਬੰਦਾ ਭਾਵੇਂ ਖਾਲਸਾ ਨਹੀਂ ਵੀ ਹਾਲੇ ਬਣਿਆ, ਪਿਓਰਟੀ ਤੇ ਪੈਦਾ ਕਰਨੀ ਚਾਹੀਦੀ ਆ। ਝੂਠ ਝੂਠ ਤੋਂ ਤਾਂ ਬਚਣਾ ਚਾਹੀਦਾ, ਤੇ ਜਿਹੜੇ ਫਿਰ ਝੂਠ ਝੂਠ ਤੋਂ ਬਚਦੇ ਨੇ ਉਹਨਾਂ ਨੂੰ ਫਿਰ ਮਹਾਰਾਜ ਆਪਣੇ ਕੰਮ ਲਾਉਂਦੇ ਨੇ। ਉਹ ਉਮਰਾਂ ਬਹੁਤੀਆਂ ਨਾਮ ਹੀ ਭੋਗਣ। ਬੀਰਦੀਪ ਸਿੱਧੂ ਦਾ ਸਰੂਪ ਰੱਖਿਆ ਹੋਇਆ, ਥੋੜੇ ਜਿਹੇ ਸਮੇਂ 'ਚ ਮਾਰ ਨੇ ਕਿੱਡੀਆਂ ਗੱਲਾਂ ਕਰਵਾਤੀਆਂ। ਦੀਪ ਸਿੱਧੂ ਨੇ ਮੈਂ ਨਹੀਂ ਕੀਤੀ, ਜੇ ਕੋਈ ਕਹਿੰਦਾ ਸੀ ਨਾ ਇਹ ਕਹਿੰਦਾ ਨੇ ਮਹਾਰਾਜ ਦੀ ਕਿਰਪਾ, ਉੱਥੇ ਫੁੱਲ ਐ ਸੁੱਟ ਰਿਹਾ ਜੋ ਜੇਲ੍ਹ 'ਚੋਂ ਆਇਆ, ਕਹਿੰਦਾ ਮੈਂ ਇੰਨੇ ਜੋਗਾ ਨਹੀਂ, ਮੇਰੇ ਨਾਲ ਇਹ ਨਾ ਕਰ, ਨਹੀਂ ਤਾਂ ਲੀਡਰ ਜਾਂ ਹੋਰ ਦੂਜੇ ਤਾਂ ਕਹਿ ਕੇ ਕਰਾਉਂਦੇ ਆ ਵੀ ਕਰੋ। ਓਏ ਦੀਪ ਸਿੱਧੂ ਕੋਈ ਰੁਤਬਾ ਨਹੀਂ ਸੀ, ਪਰ ਜਿਹੜਾ ਰੁਤਬਾ ਉਹਦਾ ਬਣ ਗਿਆ ਉਹਦਾ ਹੀ, ਬਾਕੀ ਕਿਸੇ ਨੂੰ ਕਿਸੇ ਨਾਲ ਕੰਪੇਅਰ ਕੀਤਾ ਹੀ ਨਹੀਂ ਜਾ ਸਕਦਾ। ਜੇ ਵੀਰੇ ਨੂੰ ਸੰਤਾਂ ਨਾਲ ਰਲਾਈਏ ਜਾਂ ਅੱਜ ਸ਼ੁਭਦੀਪ ਨੂੰ, ਇਹਨਾਂ ਕੋਈ ਕਿਸੇ ਵਰਗਾ ਨਹੀਂ, ਹਰ ਇੱਕ ਦਾ ਆਪੋ ਆਪਣਾ ਜੋ ਵੀ ਆ ਮਿਆਰ ਆਪੋ ਆਪਣਾ। ਸੋਚਿਆ ਸੀ 2-3 ਸਾਲ ਪਹਿਲਾਂ ਵੀ ਦੀਪ ਵੀ ਕੋਈ ਐਡੀ ਵੱਡੀ ਗੱਲ ਕਰ ਜਾਊ। ਨੈਰੇਟਿਵ ਹੋਂਦ, ਕਈ ਐਸੇ ਅਲਫਾਜ਼ ਸ਼ਬਦ ਨੇ ਜਿਹੜੇ ਦੀਪ ਤੋਂ ਬਾਅਦ ਪ੍ਰਚਲਿਤ ਹੋਏ, ਐਡੀਆਂ ਤਕੜੀਆਂ ਗੱਲਾਂ ਰਾਜਭਾਗ। ਔਰ ਫਿਰ ਉਹ ਜੇ ਮੁੱਖ ਚੋਂ ਕਹਿੰਦਾ ਸੀ ਇਹ ਧੌਣ ਇਹ ਕੱਟੀ ਤੇ ਜਾ ਸਕਦੀ ਹੈ, ਵੱਡੀ ਤੇ ਜਾ ਸਕਦੀ ਆ, ਇਹ ਝੁੱਕ ਨਹੀਂ ਸਕਦੀ, ਉਹ ਬੋਲ ਪੂਰੇ ਕਰਕੇ ਗਿਆ। ਹੈਲੋ ਹੈਲੋ, ਬਾਬਾ ਤਸਨੀਮ ਸਿੰਘ ਨੇ ਕਿੱਡੀ ਵਧੀਆ ਗੱਲ ਕੀਤੀ ਹੈ ਕਿ ਸਾਨੂੰ ਕਿਸੇ ਦੂਸਰੇ ਨੂੰ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ। ਸਾਨੂੰ ਸੰਦੀਪ ਸਿੰਘ ਸਿੱਧੂ ਨੂੰ, ਸਿੱਧੂ ਮੂਸੇਵਾਲੇ ਨੂੰ ਜਾਂ ਕਿਸੇ ਨੂੰ ਵੀ ਕਿਸੇ ਸੰਦ ਦੇ ਨਾਲ ਨਹੀਂ ਕੰਪੇਅਰ ਕਰਨਾ ਚਾਹੀਦਾ। ਉਹਨਾਂ ਦਾ ਆਪਣਾ ਰੁਤਬਾ ਵੈ, ਉਹਨਾਂ ਦੀ ਆਪਣੀ ਜਗ੍ਹਾ ਵੈ। ਜਿਹੜਾ ਵੀ ਨੌਜਵਾਨ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰਦਾ ਵੈ, ਆਪਣੇ ਹੱਕ ਦੀ ਗੱਲ ਕਰਦਾ ਵੈ, ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ। ਤੁਸੀਂ ਦੇਖ ਲਓ
पिछे ही थोड़े टाइम च दो तीन नौजवान है जिन्हों नू गोलियां मार के जिन्हों का कतल कर दिता गया तो बाद गैंगस्टर का कोई इस तरह का ना ला दिता जाता है। यार ये जो नौजवान है उन्होंने किसी ना जो दुश्मनी नहीं है तो फिर कोई इन्हों क्यों मारेगा क्यों कतल करेगा, ये पिछे तो कोई होर ही ताकत लगती है जिहड़े कि सारे काम करवा रही है। सिर्फ उ नौजवान क्यों जिहड़े अपने हक की गल कर जिहड़े पंजाब की गल कर जिहड़े पंजाब नू तगड़ा करन की गल कर उन्होंने मार दिता जाता है। फिर खास करके सिख भरा हो फिर वो तुसी देख रहे जे पिछले जिहड़े हालात वाकयात है यही कुछ दसन रहे हैं। सिद्धू मूसेवाला भी अपने पंजाब की शान सी अपने पिंड की माण सी वो अपने जिहड़े नौजवान वीर सी भरा सी उन्हां दा जज्बा वधाउंदा सी जदों गाणियां विच अपने पट्टां ते थापी मार के इस तरह करदा सी ना स्टाइल उहदा इक स्टाइल बन गया सी जिहनूं कि दुनिया मुहब्बत करदी सी पूरी दुनिया विच। तुसीं देखो जिहड़े बाकी रैपर हैगे आ उहनां ने भी स्टार बना लिया वह भी अपने पट्टां ते थापियां मार रहे हैं तो जनाब सिद्धू मूसेवाले नूं खराजे ते सीम पेश कर रहे। मेरे वीरो कमेंट करके मैं लाजमी दसना कि ताड़ा इस बारे की राय है तो तुहानूं ये वीडियो किस तरह की लगी।